मेरे नाल तरमी पिता मौजूद ने जिन्हों रिहा कराने लिए बापू जी जंग लड़ रहे हो। राजूआणा साहब की फोटो भी बिच लाई हुई है तो वो अज बयान दे गए कहते तुम उन्होंने बारे अनाप शनाप बोल दें हो मेरा इस कौमी इंसाफ मोर्चे नाल ही कोई लेना देना नहीं। देखो असी जंग जी जंग लड़ रहे हैं ना वो जिन्हों नौ बंदी सिंघा की रिहाई की मांग कर रहे हैं वो लगातार जंग जारी रहेगी इन्हों रिहाइया हो तक भावें कोई इन्हों चो सानू खिलाफ बोले कुछ बोले क्योंकि उन्होंने एक कौमी कार्ज किया जदों सिखा नौजवानों का पंजाब कतलेआम किया जा रहा है जहेदार जगतार सिंह हवारा की समुची टीम ने जिस विच भाई बलवंत सिंह राजूवाणा भी सी उन्होंने कौम लई कार्ज किया वो कौम की नस्लकुशी जिहड़ी कर रही सरकारां उसनू रोकण वास्ते कार्ज किया असीं उन्हां दा सत्कार करते हैं कोई गल नहीं वो जो बोली जा उन्हां दे निजी वो है पर असीं जिहड़ा कौमी इंसाफ मोर्चा लग्या समुचे बंदी सिंघां दी रिहाई वास्ते लग्या तो जदों तक इन्हां दी रिहाइयां नहीं हुंदियां उदों तक मोर्चा जारी रहे। ਇਹ ਜੀ ਤੁਸੀਂ ਕਿਹੜੀ ਗੱਲ ਕਹਿਤੀ ਜਿਹੜੀ ਉਹਨਾਂ ਨੂੰ ਬੁਰੀ ਲੱਗੀ ਉਹ ਕਹਿੰਦੇ ਤੁਸੀਂ ਉਹਨਾਂ ਬਾਰੇ ਸਹੀ ਨਹੀਂ ਬੋਲਦੇ। ਨਹੀਂ ਮੇਰੇ ਧਿਆਨ 'ਚ ਕੋਈ ਨਹੀਂ ਨਾ ਆਪਾਂ ਨੇ ਕੋਈ ਦੇਖੋ ਅੱਜ ਕੱਲ੍ਹ ਮੀਡੀਆ ਦਾ ਯੁੱਗ ਹੈ ਮੇਰਾ ਇੱਕ ਇੱਕ ਬੋਲ ਸਭ ਤੱਕ ਪਹੁੰਚਣਾ ਉਹਨਾਂ ਤੱਕ ਵੀ ਪਹੁੰਚਣਾ ਇੱਕ ਰਿਕਾਰਡ ਬਣਨਾ ਪਰ ਮੇਰਾ ਦੱਸਣ ਤਾਂ ਸੀ ਵੀ ਮੈਂ ਕਦੇ ਉਹਨਾਂ ਦੇ ਖਿਲਾਫ ਆਪ ਮੇਰਾ ਸੁਭਾਅ ਹੈ ਵੀ ਮੈਂ ਤਾਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਜਿੱਦਣ ਦਾ ਇਹ ਮੋਰਚਾ ਲੱਗਿਆ ਦੱਸੇ ਕੋਈ ਵੀ ਕਿਸੇ ਆਪਾਂ ਨੇ ਪਿਆਰ ਨਾਲ ਇਹ ਅਗਲੇ ਦਾ ਮਨ ਜਿੱਤਣਾ ਆਪਾਂ ਨੇ ਕਿਸੇ ਦੇ ਖਿਲਾਫ ਨਾ ਬੋਲਿਆ ਨਾ ਬੋਲਿਆ। ਪਰ ਬਾਪੂ ਜੀ ਕਹਿੰਦੇ ਸਲਾਹ ਮਸ਼ਵਰਾ ਨਹੀਂ ਕੋਈ ਕੀਤਾ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਮੋਰਚਾ ਲਾਉਣ ਤੋਂ ਪਹਿਲਾਂ ਨਾ ਕੋਈ ਰਾਏ ਮਸ਼ਵਰਾ ਮੇਰਾ ਕਹਿੰਦੇ ਮੋਰਚੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਭਾਈ ਬਲਵੰਤ ਸਿੰਘ ਰਾਜੂਆਣਾ ਉਹ ਸ਼ਖਸ ਨੇ ਜਿਨ੍ਹਾਂ ਨੇ ਖੁਦ ਸਵੈਚਛਾ ਪ੍ਰਗਟਾਈ ਸੀਗੀ ਕਿ ਮੈਨੂੰ ਫਾਂਸੀ ਦਿੱਤੀ ਜਾਵੇ ਅਤੇ ਫਾਂਸੀ ਦੇ ਵਿਰੁੱਧ ਕੋਈ ਐਪਲੀਕੇਸ਼ਨ ਵੀ ਦਾਇਰ ਨਹੀਂ ਕੀਤੀ। ਨਹੀਂ ਚਲੋ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਦੇ ਸੋਚ ਦੀ ਸਟੈਂਡ ਦੀ ਪਰ ਅਸੀਂ ਸਲਾਹ ਤਾਂ ਕਿਸੇ ਬੰਦੀ ਸਿੰਘ ਦੇ ਪਰਿਵਾਰ ਨਾਲ ਨਹੀਂ ਕੀਤੀ ਕਿਉਂਕਿ ਇਹ ਬੰਦੀ ਸਿੰਘ ਹੈ ਜਿਹੜੇ ਕੌਮ ਦੇ ਯੋਧੇ ਹੈ ਕੌਮ ਨੇ ਆਪਣਾ ਫਰਜ਼ ਸਮਝਦੇ ਹੀ ਹੋਈ ਇਹ ਮੋਰਚਾ ਲਾਇਆ। ਤੁਸੀਂ ਆਪਣੀ ਪਾਰਟੀ ਦੱਸੋਗੇ ਕਿ ਨਹੀਂ? ਸਾਡੀ ਪਾਰਟੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਅਗਵਾਈ 'ਚ ਬਣੀ ਵੀ ਹੈ ਇਹ ਕੌਮੀ ਇਨਸਾਫ ਮੋਰਚਾ ਦੀ ਪਾਰਟੀ ਹੈ ਤਾਲਮੇਲ ਕਮੇਟੀ ਹੈ ਜਿਹੜੀ ਬਣਾਈ ਗਈ ਸੇਧ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਹੀ ਇਹ ਕੌਮੀ ਇਨਸਾਫ ਮੋਰਚਾ ਲਾਇਆ ਗਿਆ। ਬਾਪੂ ਜੀ ਇਕਜੁੱਟਤਾ ਕਿਵੇਂ ਰਹੂਗੀ ਕਿਉਂਕਿ ਸਰਕਾਰ ਨਾਲ ਸੈਂਟਰ ਗੌਰਮੈਂਟ ਨਾਲ ਮੱਥਾ ਹੈ ਪਹਿਲਾਂ ਹੀ ਔਰ ਉਸ ਤੋਂ ਬਾਅਦ ਆਪਣੇ ਹੀ ਬੰਦੇ ਵੱਲੋਂ ਇਸ ਤਰ੍ਹਾਂ ਦਾ ਬਿਆਨ ਆ ਜਾਣਾ ਤਾਂ ਹੁਣ ਲੱਗਦਾ ਇਕਜੁੱਟਤਾ ਭੰਗ ਹੁੰਦੀ ਹੈ ਇਕਜੁੱਟਤਾ ਕਾਇਮ ਕਿਵੇਂ ਕਰੋਗੇ ਹਾਲਾਂਕਿ ਤੁਸੀਂ ਬਿਆਨ ਬੜੇ ਸੰਜੀਦਗੀ ਨਾਲ ਦੇ ਰਹੇ ਹੋ। ਦੇਖ ਲਓ ਕੌਮ ਇਕਜੁੱਟ ਹੈ ਇਕਜੁੱਟ ਹੋ ਕੇ ਹੀ ਮੋਰਚਾ ਲਾਇਆ ਇਕਜੁੱਟ ਹੋ ਕੇ ਹੀ ਇਸ 'ਚ ਕੌਮ ਆਪਣਾ ਹਿੱਸਾ ਬਣ ਜਿਹੜਾ ਫਰਜ਼ ਹੈ ਉਹ ਨਿਭਾ ਰਹੀ ਹੈ ਇੱਕ ਦੋ ਬੰਦੇ ਦੇ ਕਿਹਾ ਤਾਂ ਕੋ ਕੌਮ ਦੀ ਇਕਜੁੱਟਤਾ ਖਤਮ ਨਹੀਂ ਹੋਣੀ ਇਹ ਜੋ ਕੌਮੀ ਕਾਰਜ ਹੈ ਕੌਮ ਦੇ ਇਨਸਾਫ ਵਾਸਤੇ ਹੀ ਹੁਣ ਗੁਰੂ ਗ੍ਰੰਥ ਸਾਹਿਬ ਹੈ ਉਹਨਾਂ ਦੀ ਬੇਅਬਦੀ ਦੇ ਖਿਲਾਫ ਮੋਰਚਾ ਲੱਗਿਆ ਵਾ ਇਨਸਾਫ ਲੈਣ ਲਈ ਮੋਰਚਾ ਲੱਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਨ ਅਸੀਂ ਤਾਂ ਇੱਥੇ ਤੱਕ ਮੰਗ ਕਰ ਰਹੇ ਹਾਂ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਬਦੀ ਕਰਦਾ ਉਸ ਦੇ ਖਿਲਾਫ ਭਾਵੇਂ ਉਹ ਹਿੰਦੂਆਂ ਦਾ ਗੀਤਾ ਭਾਵੇਂ ਕੁਰਾਨ ਸ਼ਰੀਫ ਹੈ ਭਾਵੇਂ ਬਾਈਬਲ ਹੈ ਜਿਹੜਾ ਉਹਨਾਂ ਦੀ ਕੋਈ ਬੇਅਬਦੀ ਕਰਦਾ ਉਹ ਸਰਕਾਰਾਂ ਕਾਨੂੰਨ ਸਖਤ ਕਾਨੂੰਨ ਬਣਾਉਣ ਵੀ ਤਾਂ ਕਿ ਅੱਗੇ ਤੋਂ ਉਹ ਬੇਅਬਦੀ ਕਰਨ ਵਾਲਾ ਜੁਰਤ ਨਾ ਕਰੇ ਵੀ ਮੈਂ ਬੇਅਬਦੀ ਕਰਾਂ ਸਖਤ ਸਜ਼ਾਵਾਂ ਮਿਲਣ ਅਸੀਂ ਸਮੁੱਚੇ ਧਾਰਮਿਕ ਗ੍ਰੰਥਾਂ ਦੀ ਬੇਅਬਦੀ ਦੇ ਖਿਲਾਫ ਇਹ ਮੋਰਚਾ ਲਾਇਆ ਸੋ ਇਸ ਤਰ੍ਹਾਂ ਦਾ ਕੋਈ ਇਹ ਨਹੀਂ ਇਹ ਤਾਂ ਕੌਮੀ ਮੁੱਦਿਆਂ ਨੂੰ ਲੈ ਕੇ ਹੀ ਲੱਗਿਆ ਕੌਮੀ ਇਨਸਾਫ ਮੋਰਚਾ। ਰਾਜਵਾਣਾ ਸਾਹਿਬ ਦੀ ਕਿਸੇ ਗੱਲ ਦਾ ਦਿਲ ਨੂੰ ਠੇਸ ਤਾਂ ਨਹੀਂ ਪਹੁੰਚੀ ਮਨ ਤਾਂ ਨਹੀਂ ਦੁਖਿਆ? ਨਹੀਂ ਨਹੀਂ ਬਿਲਕੁਲ ਨਹੀਂ ਦੇਖੋ ਉਹਨਾਂ ਦੇ ਗੁਰੂ ਸਾਹਿਬ ਦਾ ਹੁਕਮ ਵੀ ਹੈ ਜੋ ਪਾਵੇ ਭਾਂਡੇ ਵਿੱਚ ਬਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ ਹੁਣ ਉਹਦੇ ਆਪਣੇ ਸ਼ਬਦ ਹੈ ਸਾਨੂੰ ਕੋਈ ਇਸ ਤਰ੍ਹਾਂ ਦਾ ਦੁੱਖ ਵਾਲੀ ਗੱਲ ਨਹੀਂ ਸਗੋਂ ਮੈਨੂੰ ਤਾਂ ਖੁਸ਼ੀ ਹੋਈ ਹੈ ਜਿੰਨਾ ਕੋਈ ਕਿਸੇ ਦੇ ਖਿਲਾਫ ਬੋਲਦਾ ਉਹਨਾਂ ਹੀ ਸਤਿਕਾਰ ਬਣਦਾ ਮੈਂ ਤਾਂ ਆਪਣੇ ਆਪ ਨੂੰ ਭਾਗ ਵਾਲਾ ਸਮਝਦਾ ਵੀ ਅੱਜ ਉਹਨਾਂ ਨੇ ਮੇਰੇ ਖਿਲਾਫ ਸ਼ਬਦ ਬੋਲੇ ਹੈ ਉਹਨਾਂ ਦੀ ਭੈਣ ਜੀ ਨੇ ਬੋਲੇ ਹੈ ਮੈਂ ਉਹਨਾਂ ਦਾ ਸਤਿਕਾਰ ਕਰਦਾ ਪਰ ਇੱਕ ਅਦਾਲਤ ਹੈ ਉੱਥੇ ਜ਼ਰੂਰ ਸੱਚੋ ਸੱਚ ਨਿਭਣਾ ਉੱਥੇ ਸੱਚੋ ਹੀ ਸੱਚ ਨਿਭੜਿਆ ਚੁਣ ਵਾਕਡ ਜਨਮਾ ਲਿਆ ਉੱਥੇ ਦੇਖਿਆ ਜਾਣਾ ਵੀ ਬਾਪੂ ਜੀ ਕੀ ਹੈ ਬਾਪੂ ਜੀ ਚੋਰ ਹੈ ਠੱਗ ਹੈ ਉਹਦੀ ਅਦਾਲਤ ਜ਼ਰੂਰ ਫੈਸਲਾ। ਰਾਜਵਾਣਾ ਸਾਹਿਬ ਦੇ ਬਿਆਨ ਤੋਂ ਬਾਅਦ ਖੁਸ਼ੀ ਹੋਈ ਹੈ? ਬਿਲਕੁਲ ਖੁਸ਼ੀ ਹੋਈ ਹੈ। ਠੀਕ ਹੈ ਬਹੁਤ ਮਿਹਰਬਾਨੀ।